ਭਾਰੀ ਬਰਸਾਤ ਤੋਂ ਬਾਅਦ ਸਮਾਰਟ ਸਿਟੀ ਦੀ ਤਸਵੀਰ ਜੋ ਸਾਹਮਣੇ ਆਈ ਹੈ, ਹੈਰਾਨ ਕਰ ਦੇਣ ਵਾਲੀ ਹੈ ਤਸਵੀਰ ਸਾਹਮਣੇ ਆਈ ਹੈ। ਕਿਸ ਤਰ੍ਹਾਂ ਬਾਰਿਸ਼ ਤੋਂ ਬਾਅਦ ਦਮੋਰੀਆ ਪੁਲ ਦੇ ਹੇਠਾਂ ਸਵਿਮਿੰਗ ਪੂਲ ਬਣ ਜਾਂਦਾ ਹੈ। ਜੀ ਹਾਂ, ਦਮੋਰੀਆ ਪੁਲ ਜਾਣ ਵਾਲੇ ਲੋਕ ਇਹ ਵੀਡੀਓ ਧਿਆਨ ਦੇ ਨਾਲ ਦੇਖ ਲੈਣ, ਔਰ ਇਸ ਸਵਿਮਿੰਗ ਪੂਲ ਦੇ ਵਿੱਚ ਬੱਚੇ ਨਹਾਉਂਦੇ ਨਜ਼ਰ ਆ ਰਹੇ ਨੇ, ਬੱਚੇ ਖੇਡ ਰਹੇ ਨੇ। ਜੇਕਰ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਸਵਾਲ ਉੱਠਦਾ ਹੈ ਕਿ ਇਸਦਾ ਜ਼ਿੰਮੇਵਾਰ ਆਖਰ ਕੌਣ ਹੋਏਗਾ। ਦੱਸ ਦਈਏ ਕਿ ਬੀਤੀ ਰਾਤ ਜੋ ਤਸਵੀਰ ਸਾਹਮਣੇ ਆਈ ਹੈ ਇਹ ਜਲੰਧਰ ਦੀ ਸਾਹਮਣੇ ਆਈ ਹੈ, ਜਿੱਥੇ ਕਿ ਮੀਂਹ ਪਿਆ, ਜਿਸ ਤੋਂ ਬਾਅਦ ਦਮੋਰੀਆ ਪੁਲ ਦੇ ਹੇਠਾਂ ਕਾਫੀ ਜ਼ਿਆਦਾ ਮਾਤਰਾ 'ਚ ਪਾਣੀ ਖੜਾ ਹੋ ਗਿਆ। ਸੜਕ ਦੇ ਆਵਾਜਾਈ ਪ੍ਰਭਾਵਿਤ ਹੋਈ ਹੈ, ਠੱਪ ਹੋ ਗਈ ਹੈ। ਬੱਚੇ ਪਾਣੀ ਦੇ ਵਿੱਚ ਛਾਲਾਂ ਮਾਰ ਕੇ ਨਹਾਉਂਦੇ ਨਜ਼ਰ ਆ ਰਹੇ ਨੇ। ਛੋਟੇ ਬੱਚੇ ਦੇਖੋ ਕਿਸ ਕਦਰ ਪੁਲ ਦੇ ਉੱਪਰ ਚੜ੍ਹਦੇ ਨੇ, ਪਾਣੀ ਦੇ ਵਿੱਚ ਛਾਲਾਂ ਮਾਰ ਕੇ ਨਹਾਉਂਦੇ ਨਜ਼ਰ ਆ ਰਹੇ ਨੇ, ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ। ਪਰ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਇਸ ਮੌਕੇ ਨਜ਼ਰ ਨਹੀਂ ਆ ਰਿਹਾ। ਵੱਡੀ ਗੱਲ ਤਾਂ ਇਹ ਹੈ ਕਿ ਅਜੇ ਬਰਸਾਤ ਸ਼ੁਰੂ ਹੋਈ ਹੈ, ਨਿਗਮ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ, ਦਮੋਰੀਆ ਪੁਲ ਦੀ ਤਸਵੀਰ ਸਾਹਮਣੇ ਆ ਰਹੀ ਹੈ ਜਲੰਧਰ ਦੀ। ਦੱਸ ਦਈਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਚੱਲ ਰਹੀ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਪੱਛਮੀ ਨੂੰ ਸੁਧਾਰਨ ਦੀ ਗੱਲ ਕਰ ਰਹੀਆਂ ਨੇ, ਪਰ ਜੋ ਤਸਵੀਰਾਂ ਸਮਾਰਟ ਸਿਟੀ ਦੀਆਂ ਸਾਹਮਣੇ ਆਈਆਂ ਨੇ ਇੱਕ ਵਾਰੀ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ, ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ। ਕਿਸ ਕਦਰ ਗੰਦਾ ਪਾਣੀ ਮੀਂਹ ਦਾ ਇਕੱਠਾ ਹੋ ਜਾਂਦਾ ਹੈ, ਬੱਚੇ ਇਸ ਪਾਣੀ ਦੇ ਵਿੱਚ ਛਾਲਾਂ ਮਾਰ ਮਾਰ ਨਹਾ ਰਹੇ ਨੇ, ਬਿਮਾਰੀਆਂ ਦਾ ਘਰ ਇਹ ਪਾਣੀ ਜਿਹੜਾ ਕਿ ਬਣ ਚੁੱਕਿਆ ਹੈ। ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਰਿਹਾ।